हूं तेनू की परेशानी है? मैनू बड़ी परेशानी है भावे ना। दस की परेशानी है? केड़े टाइम दी मैं टूरन लग गया, मैं थक्की बनी है, मेरी लत्ता ही साह कोई नहीं। दुआ तेरे घर ते मैनू तसल्ली कोई नहीं है। परेशानी तो मैं ना तू नानू तू दसया ना कोई फोन किया ही। हुण अग्गा जो मैनू तू लै के वैसे मेरे निकाह दे बारे उन्हां दस्या ही आ। मैं जेड़ा फैसला करदा हुंना ना मैं अपने दिल नाल करदा हुंना, मैनू कोई डर शर नहीं हुंदा घरदियां दा। ते नाले जेड़ा मेरा चाचा ते प्यो ना वो बहुत चंगे ने, तेनू कुछ भी नहीं आंदे, तू मैथे यकीन कर। जेड़े काम तेरे हैं भाई बहुत चंगे न, मैनू तो नहीं लगता पे भी वो कितने चंगे हो सैन। चाल मैं सोटा तो मैनू चिकन मेरे को पानी हवा हाल भी लेना पूछन पानी ना पूछन। ओ मैनू मार के तेरे नेड़े उस मो ठीक है मो ठीक है तैनू क्यों मरे सैन। एक तो जरी जरी गल नू छिली रखनी है, जरी जरी गल नू छिली रखनी। मैनू परेशान। अच्छा हुण मेरी गल सुन ला, उन्हां नाल इज्जत दा बोलना है, उन्हां दी कदर करनी है, ठीक है। रोटी पानी उन्होंने पका के देना, ये नहीं आखना भी मैं हूँ निकाह कर लिया तो मैं लूट दे किसी का मुडू धंधा नहीं करना। इस गल नू याद रखी। तल्लू तैनू पता है कि मैं तेरी कितनी इज्जत करनी हाँ, तेरे नाल मैं तेरे घर दे पता कितनी इज्जत करनी हाँ, जे तो उन्होंने मैं नहीं वेख्या। चलो चलो ठीक चलिए उठी चलिए, ये हूँ याद रखी गल। चलो ठीक है मैं तो आप थकी बनी हाँ। आ गए हो अबू? हाँ मेरा बहुत काशा पकाएंगी पाई हैं। हाँ हो होए बहुत टेंशन बनी खलोती है एक को की होए अबू भाई जीवन बिरा पे आंदा ही तल्लू नहीं होता पोत्र। हाँ। तेरा पितरेल। हाँ। वो अके बीज बार उन लपदा नहीं पिया पता नहीं किधे भाग गया। हूँ छोड़ तो समझदार है पितरेल तेरा है। हाँ। तो एक कमलिया दीती है तो मुड़ इन तो नहीं हो सकता ना, वो कि लपदा ही कोई नहीं पता पता नहीं गया कि दे मैं तो यही हैरान होया बैठा। अबू किसे फाद तो नहीं लिया? ओ मेरा पुत्र आज जमाना तो है कोई ना, पर कोई जमाना होवे तो मुड़ बंदा गाल करे, जमाना है कोई ना वो पता नहीं किधे सिर लग गया। मैं तो हैरान हूँ, मैं तो उन्हें सोच जो जाना उस देर वो पता करे ना। मैंने एक बंदे दसिया ते वो दब। अस्सलाम वालेकुम। वालेकुम सलाम। की हाल भाई? बड़े काम ते निकले आई। अच्छा ते आज भी मी दी वार है, फोन ही बंद है। ਫੋਨ ਹੀ ਬੰਦ? ਇਹ ਤਾਂ ਵਜੋਂ ਹੋਈ, ਫੋਨ ਤਾਂ ਖੁੱਲ੍ਹਾ ਹੋਇਆ ਤੇ ਚਲੋ ਦੱਸਿਆ ਮੈਂ ਇੱਧੇ ਵਧਾਂ ਜਾਂ ਇੱਧੇ ਵਧਾਂ। ਫੋਨ ਹੀ ਬੰਦ ਹੈ। ਅੱਛਾ ਤੇ ਇਹੋ ਸੁਚਿੰਦਾ ਪਿਆ ਬਗੀਆ ਕਿਹੜੀ ਲਾਮੇ? ਪੁਲਿਸ ਚ ਰਿਪੋਰਟ ਕਰ ਚੋਣੀ ਆਈ। ਪੁਲਿਸ ਚੁਣਕੀ ਰਿਪੋਰਟ ਕਰਾ ਨਹੀਂ ਕਰਾਮਣੀ ਹੈ ਥਾ ਥਾਣੇ ਜਾ ਕੇ ਨਾ ਰਿਪੋਰਟ ਕਰੀਏ। ਉਹਨੂੰ ਤਸਵੀਰ ਵਿਖਾ ਛੋੜ, ਤੁਹਾਡੇ ਲਈ ਕੋਈ ਤਸਵੀਰ ਪਈ ਹੈ? ਤਸਵੀਰਾਂ ਤਾਂ ਪਈਆਂ ਨੇ ਉਹਦੀਆਂ। ਇਹ ਮੁੜ ਕੁਝ ਕਰੀਏ ਉੱਠੀ ਰਲ ਕੇ ਜਾਵੀਏ ਤੇ ਇਹ ਕੋ ਕਰ ਲਈਏ ਹੁਣ ਤਾਣ ਲਈਏ ਜੋ ਇਹ ਦੇਰ ਲੰਬੇ ਉੱਧਰ ਜਾਂਦੀ ਹੈ। ਵੀਹ ਦੀਵਾਰਾਂ ਹੋ ਗਈਆਂ ਮਹੀਨੋ ਵਣਾ ਲੈ, ਅੱਲਾ ਉਹਦੀ ਜ਼ਿੰਦਗੀ ਕਰੇ ਪਤਾ ਨਹੀਂ ਗਿਆ ਕਿਤੇ। ਤੇਰੀ ਕਾ ਗੱਲਬਾਤ ਕੀਤੀ ਤੇ ਮੈਂ ਕਿੱਥੇ ਜਾਂਦਾ ਪਿਆ, ਕੀ ਹੈ ਕੀ ਮਸਲਾ? ਬੜੇ ਅੱਗੇ ਵੀ ਜਾਂਦਾ ਇੱਥੇ ਆ ਜਾਂਦਾ ਹੈ, ਜਾਂਦਾ ਇੱਥੇ ਆ ਜਾਂਦਾ ਹੈ, ਹਫ਼ਤੇ ਬਾਅਦ ਤੋਂ ਆ ਜਾਂਦਾ ਹੈ, ਘਰ ਲਾਜ਼ਮੀ ਚੱਕਰ ਲੈਂਦਾ ਹੈ। ਅੱਛਾ ਤੇ ਵੀਹ ਦੀਵਾਰਾਂ ਜਿਸ ਲਈ ਹੋ ਗਈਆਂ ਨੂੰ ਮੈਂ ਪਰੇਸ਼ਾਨ ਤਾਂ ਆਪੇ ਹੋ ਗਿਆ, ਅੱਗੇ ਰੱਬ ਤੇ ਵੀ ਹੁੰਦੇ ਰਹਿੰਦੇ ਹਨ ਸਾਡੇ। ਅੱਛਾ ਤੇ ਹੁਣ ਰੱਬ ਤਾਂ ਹੀ ਕੋਈ ਨਹੀਂ ਹੋਇਆ? ਹੁਣ ਮੋੜੀ ਇਹ ਤਾਂ ਮੁੜ ਗੱਲ ਸੋਚਣ ਵਾਲੀ ਹੈ ਭਾਈਆ, ਜੇ ਅਗਰ ਥਾਣੇ ਰਿਪੋਰਟ ਨਾ ਕਰਾਈਏ ਥਾਣੇ ਵਾਲਿਆਂ ਮੁੜ ਸਾਡੀ ਗੱਲ ਹੀ ਕਾਹਦੀ ਸੁਣਨੀ? ਬੜੇ ਉਹਦੇ ਨੀਰੇ ਰੁਪਈਏ ਨੂੰ, ਗਰੀਬ ਬੰਦੇ ਆਏ ਮਲੰਗੀ ਸਾਡੇ ਕੋਲ ਰੁਪਈਏ ਨਹੀਂ ਭਰੀਂਦੇ, ਨੰਬਰਦਾਰ ਨੂੰ ਨਾਲ ਲੈ ਜਾਂਦੇ ਹਾਂ ਯਾਰ। ਪੈਸਿਆਂ ਨਾਲ ਤੁਹਾਨੂੰ ਪੁੱਤ ਨਹੀਂ ਪਸੰਦ? ਮੁੜ ਆਪੇ ਜਿੱਥੇ ਪਹਿਲੋਂ ਇੰਝ ਕਰਨਾ ਜਿਹੜੇ ਮੇਰੇ ਕੋਲ ਹੈ ਨਾ ਉਹਨਾਂ ਤਾਂ ਲੈਂਦੇ ਹਾਂ ਹੈ। ਮੇਰੇ ਵੀਰਾ ਇੰਝ ਕਰੀ, ਮੇਰਾ ਸਾਥ ਦੇਵੀ ਜਵਾਨ ਪੁੱਤਰ ਹੋਇਆ ਬਿਲਕੁਲ, ਮੈਂ ਤਾਂ ਆਪ ਟੈਨਸ਼ਨ 'ਚ ਪਾਈ ਗਿਆ ਅਤੇ ਇਤਨਾ ਮੇਰਾ ਦਿਲ ਉਦਾਸ ਹੈ ਨਾ ਉਹਦੀ ਵਾਸਤੇ।
ਭਾਈ ਉਹ ਤਾਂ ਹਫ਼ਤੇ ਦੇ ਉੱਤੇ ਰਹਿੰਦਾ ਹੀ ਨਾ ਆਈ ਨਾ ਉਹ ਮੈਂ ਆਪ ਵੇਖਦਾ ਮੈਂ ਹਫ਼ਤੇ ਬਾਅਦ ਆਇਆ ਵਾ ਤਾਂ ਇੱਥੇ ਮੇਰੇ ਕੋਲ ਆ ਜਾਂਦਾ ਅੱਛਾ ਅੱਛਾ ਕੀ ਹਾਲ ਹੈ ਇੱਥੇ ਰਾਤ ਦੀਵਾਰ ਰਹਿ ਹੀ ਜਾਂਦਾ ਹੈ ਉਹ ਮੇਰਾ ਬਹੁਤ ਜ਼ਿਆਦਾ ਖਿਆਲ ਰੱਖਦਾ ਹੈ ਉਦੇਸ਼ੋ ਦੀ ਸੋਨੀਆ ਤਾਂ ਉਹ ਮੈਨੂੰ ਜ਼ਿਆਦਾ ਪਰੇਸ਼ਾਨ ਹੈ ਅੱਛਾ ਹਾਂ ਉਹ ਆਂਦੀ ਪਤਾ ਨਹੀਂ ਕਿਤੇ ਗਿਆ ਕਿਤੇ ਨਾ ਗਿਆ ਭਾਵੇਂ ਮਤਰੇਈ ਮਾਂ ਵੀ ਹੈ ਉਹਦਾ ਪਲੋ ਵੇ ਉਹ ਧਿਆਨ ਤਾਂ ਰੱਖਦੀ ਪਈ ਹੈ ਉਹਦਾ ਪਲੋ ਨਹੀਂ ਉਹਨੂੰ ਪੁੱਤਰਾਂ ਦੀ ਤੁਸੀਂ ਰੱਖਿਓ ਹੋਇਆ ਪੁੱਤਰਾਂ ਦੀ ਪਿਆਰ ਕਰਨ ਦੀ ਕੱਲ ਤੋਂ ਬੜੇ ਰੋਂਦੀ ਵੀ ਹੋਣੀ ਹੈ ਮੇਰਾ ਜ਼ਹਿਨ ਹੀ ਤੋ ਖਰਾਬ ਕਰ ਦਿੱਤਾ ਕੰਮ ਤੋਂ ਕੰਮ ਤੂੰ ਮੈਨੂੰ ਦੋ ਚਾਰ ਦੇ ਪਰ ਉਹ ਤੋ ਅੱਠਵੇਂ ਦੇ ਆ ਜਾਂਦਾ ਸੀ ਤੇ ਮੁੜ ਹਫ਼ਤੇ ਬਾਅਦ ਆ ਜਾਂਦਾ ਸੀ ਤੇ ਉਹ ਤੂੰ ਸੱਚਾ ਉੱਠੀ ਮੁੜ ਚਲੀਏ ਤੂੰ ਇਹ ਖਰੀਬਾ ਹੋ ਹਾਂ ਨਾ ਜਾਣਾ ਘਰ ਹਾਂ ਮੈਨੂੰ ਮੁੜ ਕਾਲ ਕਰੀ ਚਾ ਮੈਂ ਸੋਨੀਆ ਨਾਲ ਕਰੇ ਨਾ ਸਲਾਹ ਹਾਂ ਸਵਾਣੀ ਹੈ ਅਕਲ ਦਨਾ ਬਿਲਕੁਲ ਇਹ ਤਾਂ ਹੈ ਉਹ ਮੈਨੂੰ ਕੋਈ ਚੰਗਾ ਮਸ਼ਵਰਾ ਦੱਸੀ ਉਹਦੇ ਨਾਲ ਗੱਲ ਕਰ ਲੈਣਾ ਹਾਂ ਉਸ ਤੋਂ ਬਾਅਦ ਮੈਨੂੰ ਫੋਨ ਚ ਕਰੀ ਮੈਂ ਆ ਜਾ ਸਕ ਗੱਲ ਮੈਨੂੰ ਪਤਾ ਤੂੰ ਮੇਰੇ ਨਾਲ ਜ਼ਿਆਦਾ ਪਰੇਸ਼ਾਨ ਹੈ ਉਹ ਤਾਂ ਗੱਲ ਦੀ ਜਵਾਨ ਬੂਹ ਤੇ ਬੈਠੀ ਹੈ ਹਾਂ ਉਹ ਸੁਣ ਆਉਣਾ ਆਈ ਤੇ ਮੈਂ ਤਾਂ ਗੱਡੀ ਉਸਲੇ ਰੱਖ ਛੋੜਨੀ ਆ ਦੂਏ ਤ੍ਰੀਏ ਦੇ ਅੰਦਰ ਨਾ ਭਾਈਆ ਪੈੜੇ ਬੜੇ ਖਾਬ ਖੱਬੀ ਅੱਖ ਫੜਕਣੀ ਇਹ ਮੁੜ ਇਹੋ ਕੁਛ ਅਣਚੜਨੋ ਸੀ ਨਹੀਂ ਨਹੀਂ ਅੱਲਾ ਮਾਫੀ ਦੇਵੇ ਸ਼ਾਲਾ ਕੁਝ ਨਾ ਹੋਵੇ ਤੇ ਉਹੀ ਕਰਮਾਲਾ ਜੇ ਇਹ ਗੱਲ ਹੈ ਜਿਸ ਵੇਲੇ ਆ ਜਾਂਦਾ ਹਾਂ ਮੈਂ ਦੋ ਚੋਂ ਦੀਵਾਰਾਂ ਦੀ ਗਾਠ ਰੱਖ ਕੇ ਨਾ ਤੇ ਮੈਂ ਆਭੂਸ਼ਰਨ ਪਰਨਾ ਯਾਰ ਮੇਰੇ ਦਰੂ ਤੂੰ ਆਪਣਾ ਮਾਲ ਲੈ ਜਾ ਉਹ ਮੈਂ ਟੈਨਸ਼ਨ ਕਾਈ ਨਹੀਂ ਜਿਹੜੇ ਮੈਂ ਬੰਦਾ ਨਾ ਮੈਨੂੰ ਮੈਂ ਆਪੇ ਗੋਨ ਨਹੀਂ ਲੱਗ ਸਕਦਾ ਪਕਾ ਮੇਰੀ ਦੀ ਟੰਗ ਲੱਗ ਜਾਵੇ ਤੇ ਤੈਨੂੰ ਪਤਾ ਜਿਤਨਾ ਮੈਂ ਉਹਦੇ ਨਾਲ ਤਲੂ ਨਾਲ ਪਿਆਰ ਕਰੇ ਨਾ ਹਾਂ ਚਲੋ ਮੇਰੇ ਫੋਨ ਦੇ ਇੰਤਜ਼ਾਰ ਰੱਖ ਮੈਂ ਜ਼ਰੂਰ ਰੱਖਾਂ ਤੇ ਮੈਂ ਆ ਸੋਨੀਆ ਕੋਲ ਜਾਂਦਾ ਪਿਆ ਹਾਂ ਮਲੂਮ ਹੁੰਦਾ ਮੈਨੂੰ ਅੱਛਾ ਮਸ਼ਵਰਾ ਦੇਸੀ ਚੰਗੀ ਗੱਲ ਹੈ ਤੂੰ ਪੁੱਛ ਲਾ ਸਵਾਣੀ ਤੂੰ ਪੁੱਛਣਾ ਹੱਕ ਬਣਦਾ ਚਲੋ ਠੀਕ ਹੈ ਠੀਕ ਹੈ ਭਾਈ ਠੀਕ ਹੈ ਮੇਰਾ ਪੁੱਤਰੋ ਠੀਕ ਹੈ ਹੈਰਾਨ ਪਰੇਸ਼ਾਨ ਆ ਇਹ ਤਾਂ ਕੋਈ ਨਵਾਂ ਚਾਨਣਾ ਚੜ ਜਾਵੇ ਮੇਰਾ ਪੁੱਤਰੋ ਜੀ ਮੈਨੂੰ ਇਹ ਦੱਸੋ ਜੋ ਹੁਣ ਅੱਲਾ ਨਾ ਕਰੇ ਹੈਂ ਇਹ ਖਾਬ ਖਿਆਲ ਹੁੰਦੇ ਜਿਵੇਂ ਤਾਂ ਮੈਨੂੰ ਮੇਰਾ ਪੁੱਤਰ ਖਾਬ ਆਉਂਦੇ ਪੈਣਾ ਅੱਲਾ ਨਾ ਕਰੇ ਤੌਬਾ ਦੀ ਜਾ ਅਸੀਂ ਤਾਂ ਉਜੜੀਏ ਸਾਂ ਸਹੀ ਹੈ ਬੂ ਸਹੀ ਆਉਂਦੇ ਪਏ ਹੋ ਮੈਂ ਤੇ ਚਾਚੇ ਨੂੰ ਆਖਿਆ ਬਈ ਰਿਪੋਰਟ ਕਰੋ ਪੁਲਿਸ ਦੇ ਵਿੱਚ ਨਹੀਂ ਮੈਂ ਨਹੀਂ ਚੇਅਰਮੈਨ ਕੋਲ ਜਾਣਾ ਨਾਜ਼ਮ ਕੋਲ ਹਾਂ ਨਾਜ਼ਮ ਨਾਲ ਹੀ ਗੱਲ ਕਰੇ ਨਾ ਤਾਂ ਤੂੰ ਬਾਹਰ ਜੂ ਲੈਂਦਾ ਤੇ ਮੈਂ ਵੀ ਕਿਆ ਕਰੇ ਨਾ ਤੇ ਪੁੱਤ ਘਰੇ ਰਹੀਂ ਹਾਂ ਉਹ ਤਾਂ ਮੌਸਮ ਹੀ ਖਰਾ ਘਰੇ ਰਹੀਂ ਮੇਰਾ ਬਚੜਾ ਘਰੇ ਮੋ ਟਾਈਮ ਨਾਲ ਆ ਜਵੇ ਆ ਜਾ ਤਾ ਰੋਟੀ ਪੱਕੀ ਪਈ ਸੀ ਪਤਾ ਨਹੀਂ ਕਿਦੇ ਨਿਕਲ ਗਿਆ ਏ ਹੁਣ ਤਾਂ ਹੀ ਪੈਦਾ ਹੀ ਮੈਂ ਮਲੰਗੀ ਕੋਲੋਂ ਹੋਈ ਆਵਾਂ ਆਇਆ ਹੀ ਕੋਈ ਨਹੀਂ ਹੈ ਕੋ ਘਰ ਦੀ ਕਾਸ਼ਾ ਲਮਣੀ ਕਰਨੀ ਆਈ ਪਤਾ ਨਹੀਂ ਇਸ ਨੂੰ ਤਾਂ ਕੋਈ ਐਡੇ ਫਿਕਰ ਖਾਦੀ ਰਹਿੰਦੇ ਖੈਰ ਹੈ ਪਤਾ ਨਹੀਂ ਮੈਂ ਆ ਵੜੇ ਆ ਪਤਾ ਨਹੀਂ ਮੈਂ ਕਿਤਨਾ ਪਰੇਸ਼ਾਨ ਆਗੂ ਮਰ ਤੂੰ ਇਹੋ ਜੇ ਗੱਲਾਂ ਕਰੇ ਨਹੀਂ ਹੈ ਤਾਂ ਪਰੇਸ਼ਾਨ ਖੈਰ ਦੀ ਖੈਰ ਆ ਵਈ ਸੀ ਗਿਆ ਐਡਾ ਬਾਲ ਕੋਈ ਨਹੀਂ ਵੜੀ ਫੋਨ ਦਾ ਬੰਦ ਹੈ 20ਵੀਂ ਦੀਵਾਰ ਉਸ ਨੂੰ ਹਫਤਾ ਹੋ ਰਿਹਾ ਕਦੀ ਨਾ ਆਈ ਨਾ ਲਾ ਤੂੰ ਹੁਣ ਮੁੜ ਉਹ ਕੋਈ ਗੂਟੀ ਦੇ ਝੂਟੇ ਲੈਣ ਵਾਲਾ ਥੋੜਾ ਹਾਂ ਦਾੜੀ ਮੋਛਾ ਦੇ ਮੂੰਹ ਤੇ ਲੱਥੀ ਹੋਈ ਚੰਗੀ ਭਲੀ ਉਹਦੀ ਉਮਰ ਹੈ ਕੋਈ ਬਾਲ ਹੈ ਜਿਹੜਾ ਖੜੀ ਪੈਣਾ ਫੋਨ ਹੀ ਬੰਦੇ ਉਹਦਾ ਮੈਨੂੰ ਜ਼ਿਆਦਾ ਫੋਨ ਦੀ ਪਰੇਸ਼ਾਨੀ ਹੈ ਤੇ ਨਾਲੇ ਮਲੰਗੀ ਉਦੋਂ ਤੰਗ ਕੀਤਾ ਹੋਇਆ ਧੀ ਵਾਸਤੇ ਬਈ ਗੱਡੀ ਗੱਤੋ ਮੁੜ ਤੂੰ ਗੱਡੀ ਗਤਾਈ ਆ ਜਾ ਕੇ ਪੁੱਤਰ ਭਾਵੇਂ ਘਰ ਆਵੀ ਤੇ ਭਾਵੇਂ ਨਾ ਨਹੀਂ ਹੁਣ ਜਿੱਥੇ ਹੋ ਨਾ ਮੈਂ ਕਿਵੇਂ ਗੱਡ ਗਤਾਈ ਮੈਨੂੰ ਤਾਂ ਖਬਰ ਹੀ ਨਹੀਂ ਚੱਲਦੀ ਵੀ ਉਹ ਗਿਆ ਕਿਹੜੀ ਲਾਮੇ ਤੈਨੂੰ ਫਿਕਰ ਹੈ ਪੁੱਤਰ ਤੇਰੇ ਤੇਰੀ ਗਾਈ ਨਹੀਂ ਤੈਨੂੰ ਫਿਕਰ ਪੈ ਰਾਂ ਦੇ ਨਾ ਨਹੀਂ ਉਸ ਨੂੰ ਫਿਕਰ ਹੈ ਪਤਾ ਨਹੀਂ ਕਿਹੜੀ ਮਜਬੂਰੀ 'ਚ ਫਸੇ ਹੋਇਆ ਹਾਂ ਬੜੀਆਂ ਮਜਬੂਰੀਆਂ ਇਸ ਘਰ ਦੇ ਸੁੱਖ ਹੀ ਉਠਾਏ ਹੋਏ ਨਹੀਂ ਆ ਨਾ ਇਹਦੇ ਨਾਲ ਤਾਂ ਨਾ ਤੂੰ ਮੇਰੇ ਮੈਨੂੰ ਪਰਨਾ ਕੇ ਲਾਇਆ ਆਵਿਆ ਤਾਂ ਉਹ ਚੰਗਾ ਹਾ ਇਹ ਕਰੇ ਹੁਣ ਮੈਨੂੰ ਕੁਝ ਨਾ ਮੈਨੂੰ ਤੱਲੂ ਦੀ ਬਹੁਤ ਪਰੇਸ਼ਾਨੀ ਆਈ ਪਿਛਲੇ ਭਾਰੇ ਦਿਲ ਲੱਗੀਆਂ ਤੇਰੀਆਂ ਬਣ ਗਈਆਂ ਹਾਂ ਤਾਂ ਤੂੰ ਵੀ ਮਰਜ਼ੀਆਂ ਕਰਨ ਲੱਗ ਗਈਆਂ ਹਾਂ ਇਹ ਤੇਰੀਆਂ ਸੁਣ ਸੁਣ ਕੇ ਮੇਰੇ ਅੰਦਰ ਕਾਲਾ ਹੋ ਗਿਆ ਤੂੰ ਆ ਰੱਬ ਤੂੰ ਉਹਨੇ ਕਾਲ ਲਾ ਇਹ ਕੁਦ ਛੋੜ ਦੀ ਮੇਰੀ ਪਰੇਸ਼ਾਨੀ ਖਾ ਗਈ ਏ ਛੂਆਰ ਦੇ ਤੈਨੂੰ ਫਿਕਰ ਪਾਏ ਹੋ ਹਰ ਵੇਲੇ ਤੇਰੀ ਆ ਗਏ ਸ਼ੁਕਰ ਏ ਕੀ ਹਾਲ ਹੈ ਮੇਰਾ ਪੁੱਤ ਠੀਕ ਹੈ ਖੈਰ ਏ ਰਾਜੀ ਅੱਗਾ ਆ ਜਾ ਮੇਰੇ ਪੁੱਤ ਅਸਲਾਮ ਅਲੈਕੁਮ ਠੀਕ ਆ ਮੈਂ ਸ਼ੁਕਰ ਆ ਪਿਓ ਤੇਰਾ ਜਿੰਦੇ ਜਾਨ ਤੇ ਆ ਗਿਆ ਅੱਬਾ ਨੂੰ ਏ ਤੇਰੀ ਹਾਂ ਨੂੰ ਏ ਮੇਰੀ ਹਾਂ ਮੈਂ ਨਿਕਾਹ ਕੀਤਾ ਇਹਦੇ ਨਾਲ
ਇਹਦਾ ਨਾਮ ਮਾਨੂਰ ਹੈ। ਅੱਗਾ ਹੋ ਆ ਪੁੱਤਰ ਹੁਣ ਤੇਰਾ ਆਪੇ ਪਰ ਨੀ ਕਿਆ ਖੜੇ ਜਾ ਜੀ ਮਲੰਗੀ ਨੂੰ ਜਾ ਕੇ ਤੇ ਜਵਾਬ ਦੇ ਆ। ਅਮਾ ਕਿਸ ਵੇਲੇ ਤਾਂ ਸੋਹਣੀ ਗੱਲ ਹੀ ਕਰ ਲਈ ਕਰ ਤਾ ਤੋ ਕਈ ਸੋਹਣੀ ਕੀਤੀ ਪਿਓ ਨਾਲ ਹੋ ਤੋ ਕਈ ਚੰਗੀ ਕੀਤੀ ਹੋਈ ਪਿਓ ਨਾਲ ਬਦੇ ਰਾਤੀ ਉਹ ਸਮਦਾ ਮਰਦਾ ਨਹੀਂ ਪਿਆ ਉਹ ਦੇ ਰਾਤੀ ਮੇਰੇ ਜ਼ਾਬ ਗਾਲ ਪਵੇ ਹੋਇਆ ਤਾ ਆਦਾ ਹਾਂ ਹਾਂ ਮੇਰਾ ਤੱਲੂ ਕੀ ਜਗ੍ਹਾ ਫੋਨ ਬੰਦ ਹੋ ਗਿਆ ਫੋਨ ਬੰਦ ਹੋ ਗਿਆ ਮੇਰੇ ਤੱਲਣ ਦਾ। ਅੱਬੇ ਉਸ ਦਿਹਾੜੇ ਪਹਿਲੀ ਗਲਤੀ ਕੀਤੀ ਆ ਜਦੋਂ ਇਹ ਸ਼ਾਦੀ ਕੀਤੀ ਆ ਤੇਰੇ ਨਾਲ ਮੈਂ ਜੋ ਬਾਹਰੋਂ ਆਇਆ ਅੱਜ 20 ਦਿਨਾਂ ਬਾਅਦ ਆਇਆ ਆਖੇ ਵੀ ਮੇਰਾ ਪੁੱਤਰ ਬਹੁ ਪਾਣੀ ਪੀ ਲਾ ਜਾਂ ਇਹਨੂੰ ਆਖੇ ਵੀ ਮੇਰੀ ਨੂੰਹ ਆ ਗਈ ਤੇ ਬਹੁ ਪਾਣੀ ਪੀ ਪਾਣੀ ਪੀਵਾਂ ਵਾਲੀ ਆਪੇ ਲਾਇ ਨੂੰ ਆਇਆ ਇਹ ਨੂੰ ਪਿਓ ਨੂੰ ਗਾਲ ਚਿੱਟੇ ਦਾੜ ਨਾਲ ਜਾ ਕੇ ਮਲੰਗੀ ਨੂੰ ਜਵਾਬ ਦੇ ਆਵੇ ਉੱਠੀ ਵਾਲ ਪਗੜੀ ਬੰਨ ਕੇ ਤੇ ਵਨ ਜਾ ਕੇ ਤੇ ਉਹਨੂੰ ਜਵਾਬ ਦੇ ਆ। ਨਾ ਪਰੇਸ਼ਾਨ ਹੋ ਨਾ ਪਰੇਸ਼ਾਨ ਮੈਂ ਹਾਂ ਨਾ ਤੇਰੇ ਨਾਲ ਹੁਣ ਚੁੱਪ ਵੀ ਕਰਕੇ ਲੜਦੀ ਰਸ ਹਾਂ ਮੈਨੂੰ ਚੁੱਪ ਕਰਾਵੀ ਮੈਨੂੰ ਉਹਦਾ ਨਾ ਬੋਲ ਸਕੀ। ਅੱਛਾ ਖੈਰ ਮੈਂ ਆ ਰਹੀ ਜੇ ਛੋਰ ਜੇ ਕਰਕੇ ਆ ਵੀ ਗਿਆ ਤੇ ਕੋਈ ਐਡੀ ਗੱਲ ਹੈ। ਹਾਂ ਤੇਰੀ ਬਸ ਤੇਰੀ ਗੱਲ ਹੈ ਹੀ ਕਾਇ ਨਾ ਕਿਉਂਕਿ ਤੂੰ ਆ ਨਾ ਮੈਂ ਵੀ ਪਿਛਲੇ ਪਾਰੇ ਮਰਜ਼ੀ ਕੀਤੀ ਤੇ ਪੋਤਰੀ ਮੇਰਾ ਮਰਜ਼ੀ ਅੰਮਾ ਤੇਰਾ ਹੀ ਉਹਦੇ ਲਾ ਨਾ ਵੀ ਘਰ ਦੇ ਵਿੱਚ ਮੈਂ ਕੱਲੀ ਰਵਾਂ ਹੋਰ ਕੋਈ ਵੀ ਨਾ ਆਵੇ। ਅੱਛਾ ਮੇਰਾ ਪੁੱਤਰੋ ਮੇਰੀ ਗੱਲ ਸੁਣ ਅੱਗੇ ਕੋਈ ਨਾ ਰਹਿੰਦਾ ਇੱਥੇ ਕਿਹੜਾ ਜੰਮਾ ਪੱਲਾ ਹੈ ਇਹਦੇ ਆਇਆ ਹੁਣ ਤੈਨੂੰ ਕੀ ਤਕਲੀਫ ਹੋ ਗਈ ਹੁਣ ਇੱਕ ਤੈਨੂੰ ਪੈਰਾ ਚੁੱਪ ਚ ਕਰ ਦੋ ਮੈਂ ਚੰਗਾ ਹੋ ਗਿਆ ਜੇ ਤੇਰੀ ਮਾਂ ਮਰ ਗਈ ਆ ਹਨਾ ਐਸ ਮੇਰੇ ਗਾਲ ਅਜ਼ਾਬ ਗੱਤਾ ਦੇ ਅਸ ਮੈਨੂੰ ਪਿੱਛੇ ਮੋੜਾਦਾ ਮੈਂ ਤੇਰੇ ਬਿਨਾ ਜੀ ਨਹੀਂ ਸਕਦਾ। ਅੱਬਾ ਹੁਣ ਵੇਖ ਲਾ ਮੇਰੇ ਪੁੱਤ ਤੂੰ ਚੁੱਪ ਕਰ ਠੀਕ ਹੈ ਤੂੰ ਉਹਨੂੰ ਲੈ ਕੇ ਆ ਗਿਆ ਉਹ ਹੁਣ ਤੈਨੂੰ ਕੀ ਕਰ ਸਕਦਾ ਹੁਣ ਤੂੰ ਮੇਰੀ ਇੱਜ਼ਤ ਬਣ ਗਈ ਆਪਣੀ ਇਹ ਕਮਲੀ ਹੈ ਮੈਂ ਇਹਨੂੰ ਆਪੇ ਸਮਝਾ ਲੈਣਾ। ਹਾਂ ਅੱਬਾ ਇਹਨੂੰ ਸਮਝਾ ਹਾਂ ਮੈਂ ਕਮਲੀ ਹਾਂ ਮੈਂ ਕਮਲੀ ਹਾਂ ਉਹ ਸਿਆਣਾ ਕੰਮ ਕਰ ਆਏ ਹੁਣ ਉਹ ਹੁਣ ਆ ਜੁ ਗਿਆ ਹੁਣ ਮੈਂ ਇਸਨੂੰ ਕੀ ਮਾਰ ਦਿੱਤਾ ਮੈਨੂੰ ਦੱਸ ਨਿਕਾਹ ਕਰਕੇ ਆ ਗਿਆ ਤੂੰ ਇਹਨੂੰ ਘਰੋਂ ਘੱਟ ਗਾ ਨਹੀਂ ਨਹੀਂ ਬਸ ਇਹ ਹੋ ਗਿਆ ਜਾ ਮੇਰਾ ਪੁੱਤ ਤੁਸੀਂ ਜਾਓ ਇਹਨੂੰ ਜ਼ਮੀਨਾਂ ਸ਼ਮੀਨਾਂ ਵੀ ਖਾਇਆ ਜਾ ਹਾਂ ਜ਼ਮੀਨਾਂ ਵੀ ਖਾ ਲਿਆ ਤੈਨੂੰ ਮੈਂ ਆਖਿਆ ਨਾ ਮੇਰਾ ਪਿਓ ਘੁੰਮ ਚੰਗਾ ਬੜਾ ਚੰਗਾ ਤੇਰੇ ਵਾਸਤੇ ਤੈਨੂੰ ਤਾਂ ਮੈਂ ਦੇਣੀ ਆ ਇੱਕ ਐਡੀ ਸਾਰੀ ਕੌੜੀ ਨਾ ਤੈਨੂੰ ਦੇਵਾਂ ਨਾ ਚੁੱਪ ਕਰ ਮੇਰੇ ਕੋਲ ਪੁੱਛੀ ਤੂੰ ਮੋਦ ਕਰ ਮੈਂ ਤੇਰਾ ਹੋਣੀ ਵਿੱਚ ਘੋੜ ਛੜਨੀ ਆ ਨਾ ਮੇਰੇ ਕੋਲ ਪੁੱਛੀ ਮੇਰੇ ਅੰਦਰ ਵਿੱਚ ਕੀ ਹੋ ਰਿਹਾ ਪੁੱਛਿਆ ਅੱਗ ਬਲ ਗਈ ਇਸ ਛੋਰ ਦੇ ਵਾਸਤੇ ਇਸ ਛੋਰ ਨੂੰ ਇਤਨੀ ਤਮੀਜ਼ ਨਹੀਂ ਆਈ ਪਰ ਮੇਰੇ ਪਿਓ ਦੀ ਕਾ ਇੱਜ਼ਤ ਹੈ ਤੇ ਆ ਸਮਾਨ ਪਤਾ ਨਹੀਂ ਕਿਦੋਂ ਦੀ ਹੈ ਤੇ ਕਿਦੋਂ ਦੀ ਨਹੀਂ ਮੇਰੇ ਮਗਰੂ ਲਾ ਤੂੰ ਵੀ ਤੂੰ ਖੁਸ਼ ਹੋ ਗਿਆ ਨਾ ਵੇਖ ਕੇ ਹੁਣ ਮੇਰੀ ਗੱਲ ਸੁਣ ਤੇਰੇ ਅੰਦਰ ਜਿਹੜੀ ਅੱਗੂ ਬਲੀਆਂ ਹੋਈਆਂ ਹੁਣ ਮੇਰੀ ਗੱਲ ਸੁਣ ਖੁਸ਼ ਮੈਂ ਕੋਈ ਨਹੀਂ ਹੋਇਆ ਮੈਂ ਆਨਾ ਚੁੱਪ ਰੱਖੋ ਜਿਹੜੀ ਮੈਂ ਕਰਨੀ ਦੁਨੀਆ ਵੇਖੀ ਤੇ ਤੂੰ ਵੀ ਆਖਿਆ ਤੂੰ ਠੀਕ ਕਰਦਾ ਪਿਆ ਮੈਂ ਤਾਂ ਨਾ ਉਰਾਣ ਦੇਵਣੀ ਇੱਥੇ ਮਿਹਨਤ ਘਰ ਤੂੰ ਬਿਲਕੁਲ ਨਾ ਮੈਂ ਤਾਂ ਬਹੁ ਔਖਾ ਘਰ ਬਣਾਇਆ ਆਣ ਕੇ ਹੁਣ ਮੇਰੀ ਗੱਲ ਸੁਣ ਮੈਂ ਇੱਥੇ ਹੀ ਕੋਈ ਕੋ ਉਹਨੂੰ ਵੀ ਕੁਝ ਨਾ ਹੋਵੇ ਇਹ ਸਵਾਣੀ ਨੂੰ ਮੈਂ ਘਰ ਕੋ ਨੂੰ ਉਰਾਣ ਦੇਵਣਾ ਮਲੰਗੀ ਮੇਰਾ ਖਿਆਲ ਹੈ ਅਮਦਾ ਪਿਓ ਸੀ ਮੈਂ ਮਲੰਗੀ ਤੂੰ ਕੀ ਕਰਨਾ ਹੈ ਜੀ ਹੁਣ ਤੂੰ ਉਹਨੂੰ ਕਿਵੇਂ ਕੱਢਣਾ ਕਰੂੰ ਤੂੰ ਹੁਣ ਤੂੰ ਮੈਂ ਤਾਂ ਹੀ ਬਹੁ ਔਖਾ ਬਣਾਇਆ ਘਰ ਮੈਂ ਇੱਥੇ ਨਾ ਇੱਕ ਮਿੰਟ ਟਿਕਣ ਦੇ ਤੂੰ ਪਤਾ ਲੱਗਾ ਮੇਰੇ ਪੁੱਤਰ ਦਾ ਹਾਂ ਆ ਗਿਆ ਆ ਗਿਆ ਆ ਗਿਆ ਆ ਗਿਆ ਕੋਰੇ ਆ ਸ਼ੁਕੋਰੇ ਆ ਗਿਆ ਏ ਇਹਦਾ ਪੁੱਤਰ ਆ ਗਿਆ ਹੈ ਆ ਗਿਆ ਆ ਗਿਆ ਆ ਗਿਆ ਓਏ ਹੋਏ ਮੇਰੇ ਤੇ ਦਿਲ ਤੋਂ ਬਹੁਤ ਹਲਕਾ ਹੋ ਗਿਆ ਨਹੀਂ ਨਹੀਂ ਆ ਗਿਆ ਬਾ ਬਾ ਹੋਏ ਹੋਏ ਬਾ ਉਹ ਨਾ ਹੈ ਕਿਦੇ ਕਰਮਾਲਾ ਬਾ ਬਾਹਰ ਗਿਆ ਫਿਰਨ ਟੁਰਨ ਨਾ ਬਾਹਰ ਗੱਲਿਆ ਸੋ ਜ਼ਮੀਨਾਂ ਫਿਰਾਂ ਫਿਰਨ ਗਿਆ ਕੀ ਹੋਇਆ ਬੁਝਾਰਤਾ ਪੈਂਦੇ ਪਏ ਉਹ ਗੱਲ ਮੈਨੂੰ ਤਾਂ ਦੱਸੋ ਮਲੰਗੀ ਗੱਲ ਸੁਣ ਛੋਰਾ ਹੀ ਲਵਾ ਉਹਨੂੰ ਨਹੀਂ ਪਤਾ ਲੱਗਾ ਉਸ ਜਿਹੜਾ ਕੰਮ ਕੀਤਾ ਹੈ ਨਾ ਕੀ ਕੰਮ ਕੀਤਾ ਕੀਤਾ ਉਸ ਗਲਾ ਤੇ ਉਹ ਹੈ ਨਿਕਾਹ ਕਰਕੇ ਆ ਗਿਆ ਬਾਰੂ ਛੇਰ ਨਾਲ ਕਿਸੇ ਨਾਲ ਨਿਕਾਹ ਕਰ ਰਹੇ ਤੂੰ ਹਾਂ ਮੇਰੀ ਦੀ ਕਿਦੇ ਗਈ ਸ਼ਰਮ ਕਰ ਬੁੱਢ ਮਾਰ ਮੈਂ ਮੇਰਾ ਬਿਰਾ ਹੀ ਉਹ ਖਪਦੀ ਬੈਠੀ ਹਾਂ ਬਈ ਤੂੰ ਮਲੰਗੀ ਨੂੰ ਕਿਹੜੇ ਮੂੰਹ ਨਾਲ ਜਾ ਕੇ ਜਵਾਬ ਦੇਵਣੀ ਉਹਦੀ ਧੀ ਬੂਹੇ ਤੇ ਬਾ ਬਾ ਕੇ ਤੇ ਤੂੰ ਸਾਉਣ ਤਾਂ ਇਹਨੂੰ ਲਾਰਾ ਲਾਈ ਰੱਖਿਆ ਮੈਂ ਹੁਣ ਤਾਂ ਕਿਤੇ ਦਿੱਤੀ ਨਹੀਂ ਜਵਾਨ ਮੇਰੀ ਧੀ ਹੈ ਉੱਥੋਂ ਮੈਂ ਤਾਂ ਕਿਹਾ ਲੈਣਾ ਆਈ ਹੁਣ ਚੁੱਪ ਵੀ ਕਰੋ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਮੈਂ ਜਿਹੜੀ ਫਿਕਰ ਇਹਨਾਂ ਚੁੱਪ ਕਰ ਜਾ ਜਿਹੜੀ ਤੋਂ ਕਰਨੀ ਹੈ ਨਾ ਅੱਬਾ ਹਾਂ ਮੇਰੇ ਪੁੱਤ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਚਾ ਕੀ ਹੈ
अबा ये ना अगे शादी शुदा हा इस ते एक धी भी आए पिछा ते ओ मैं आख्या इत्थे ना लैके आवी पता नहीं अबे ओरी मन सेन या ना मन सेन नहीं सही कीते सही कीते धी भी इहदी आए धी भी लई आवणी आ या नाल हां ओ भी इत्थे लिया के ते बावणी आई आ ठीक कीते मेरा पुत्र मैं ना अन करीब मैं कलेसा ते धी भी लै चलो अब्बा सी सब्जियां खो लईए जाके हां तुसी सब्जी खो जाओ आ उलाग ना पव्या सब्जी जुत्ते सब्जियां खो लवीए मैं तो बहुत औखियां गड्डियां तो मैं बहुत औखे गोडियां कीतियां ना कम करना सब ही मर जावे तो लठ बच जावे जेड़ी मेरी अंदर अग बली खलोती है ना वो मैं पता मेरे उत्ते की लाया तू चुप कर जेड़ी तेन कान च गल दसी है ना तू उस दे अमल करेंदा मिच इस सवाणी निकलदी वे के इन निकले जिमें मक्खन चुबाल चुकींदा मैं जीवन खां तेरे नाल वादा करें मलंगी तेरी धी लाए क्यों मैं तेरे नाल वादा कीता ना कोई औरली परली नहीं तू चुप कर रो नहीं मैं रोवाना तो और नहीं 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 तू चुप करके जा चुप कर रो रोवानी जवान दी अब घर बैठी हो नहीं नहीं हौसला कर मेरा भिरा तू हौसला कर परेशान ना हो जा जा ए तय दखा भी है तल्लण दा भी आ भाई सी गया सोनिया मैं कर गरुआ जांदा पिया तल्लू नु मैं नाल ले जाना जेड़ी इस वाणी इथे आके तेरे कोल बै इन ओ सबक सिखाई ओ सिखाई कर जुंडन च फत के मंजी ते डाई उतु आ जा समय मैं अग करंदा पिया ओदी हिमायत हुन पक्की गल है तू मेरे नाल मैं तेरे नाल हां मैं इनु आई कढना तू इनु मैं दा पिया इनु कढना ही कढना तेरे पुत्र नु शर्म नहीं आया बे जवान दी ओदी पीछा छड आए एक ए कोई मलंगी दी घोड़ी आ ओनु शर्म नहीं आया जेड़ी जवान दी पीछा छड के दे नाल हां इतनी बेशरम हो गई कुआरी दीशो दा बहाब आक थक्का बैठा तेरे लारियां नु सिर्फ तेरे उस नाल बिरावा वाला सांगा गड्डियो मैं पिया ना बज्जी में मर्जी है ना इस नाल कर ते हिक करी तल्लू नु पता नहीं लगे धमकी भी दे ले नहीं नहीं ओनु मिठा तू टपाक लाई रखी मैं तू जिसले मैं तू आ जासा ना तू चंगी तरह इनु दरडी खो तू मैं आ जासा मोर मैं अजुन आप पे संभाल ले चलो ठीक है एदा ता मैं सवाज ले नहीं है सबर करे है ना इन मैं बड़िया सब्जियां खवा के दिखावा ही नहीं है ऐ इनी भिंडियां हां ऐ इनी देसी तोरियां अजे लगियां तो कोई नहीं हुने किदो लगनियां आओ इनी मरचां आओ पबरी ये सारीयां सब्जियां इत्थे अबे घर चलाई अच्छा तल्लू गाल सुन मेरी मैं तेनु राह च आके कि तू फोन धर दे कोई नहीं कीता तेरा मां पियो साडी के इज्जत करे सी तेरा पियो बहुत चंगा है ओ तो मेरी शक्ल तो शरीफ मालूम होंदा पिया आई तेरी मां तो इतनी गुस्से वाली पहले तो मैं डर गई हां मैं क्यों ना वे दबारा चावे तो मेरे सेरे च मारे इना गल्ला तू मैं डरदी आ मुझे तेरे नाल टुरदी ना मुँ पता ही की गल है ये मेरी सकी मां नहीं मेरी मां फौत हो गई आ हाँ। ते अबे ना ए अबे इवें समय जिवें तू तो मैं कीता है अबे भी इन शादी कीती आ ते तेरा प्यो इस नाल गुजारा किवें करेंदा पिया बस मैनू पता है ते या अल्लाह नू पता है ते या मेरे प्यो नू पता है कदी कदी तो अबे दी हाल हाल ही निकलती है जे बच के वे तो मैनू कडोल पै गया लेकिन सानू पता होंदा भी अबे नू मरेंदी है हल्ला गल सुन मैं तेने आख्या ना बर्दाश्त करी उन्हें मेरी वास्ते बर्दाश्त करनी है मैं की करा तेरे प्यार दी खातिर तो मैं बर्दाश्त करे सना तेरी मां दी गल्ला हाँ। मेरे तरफ तो इनू कोई उलामा ना सी मैं कोई गल ही नहीं करदी पर सब तो ज्यादा तेरा प्यो बहुत अच्छा है ते बड़ा शरीफ है ओ जाने तो मुड़ भी इना दी खिदमत करनी मेरी मां दी भी खिदमत करनी मेरे प्यो दी भी करनी ठीक आ सब नहीं वेख ਵੇਚ ਕੇ ਸ਼ਾਮਣੀ ਦਾ ਹੈ ਕੋਈ ਨਾ ਜੰਮੀ ਤੇ ਜਿਹੜੇ ਲੱਗ ਜਾਣੀਆਂ ਮੈਂ ਤੱਲਣ ਪੁੱਤਰੋ ਜੀ ਅੰਮੀ ਉਹ ਪਿਓ ਸਦਿੰਦਾ ਪਿਆ ਆ ਬਾਹਰ ਕੋਈ ਪੈਦਾ ਇੱਕ ਪਤਾ ਨਹੀਂ ਖਾਲਾ ਖਟਣਾ ਆਈ ਹੈ ਕਿ ਅੰਮੀ ਆ ਸਬਜ਼ੀਆਂ ਵੇਖੂ ਆਸੇ ਉਹ ਤੇ ਵੇਧੀ ਪਈ ਉਹਦੀ ਕੋਈ ਅੱਖੀ ਕੋਈ ਨਹੀਂ ਨਾਲ ਮੇਰਾ ਪੁੱਤਰ ਆਲਾ ਮੈਂ ਜਾਣਾ ਉਹ ਵੇਖ ਲਈ ਸੀ ਗਈ ਤੂੰ ਵਾਂਝ ਮੈਂ ਪਿਓ ਸਦਿੰਦਾ ਤੂੰ ਸਬਜ਼ੀਆਂ ਵੇਖੋ ਮੈਂ ਅੱਬੇ ਦੀ ਗੱਲ ਸੁਣ ਕੇ ਆਉਣਾ ਜਲਦੀ ਆ ਜਾਵੀਂ ਹਾਲਾ ਠੀਕ जल्दी कर
ਰੰਬੀ ਚਾਹ ਲਿਆ ਉੱਠ ਕੇ ਤੇਰਾ ਆ ਗੋਡੀ ਕਰ ਜਲਦੀ ਕਰ ਆਂਟੀ ਤੁਹਾਨੂੰ ਕੀ ਹੋ ਗਿਆ ਕੀ ਹੋ ਗਿਆ ਤੈਨੂੰ ਕੀ ਹੋ ਗਿਆ ਨੀਲ ਫਿੱਟਾ ਇਹ ਚਿੱਟੇ ਸਿਰ ਨਾਲ ਔਰ ਆ ਵੜੀ ਤੱਲੂ ਨਾਲ ਮੈਂ ਨਿਕਾਹ ਕੀਤਾ ਤੁਸੀਂ ਆ ਜਾ ਮੇਰੇ ਕੋ ਜ਼ਿਆਦਾ ਜ਼ਬਾਨ ਚਲੀ ਆਈ ਨਾ ਤੇ ਮੈਂ ਤੈਨੂੰ ਹੀ ਮਰਾ ਘਤਣਾ ਮੇਰੇ ਪੇਕੇ ਵਾਂ ਉਡਾਟੇ ਨੇ ਤੇ ਮੈਂ ਤੱਲੂ ਨੂੰ ਹੀ ਮਰਾ ਘਤਣਾ ਤੈਨੂੰ ਕਿਉਂ ਮਰਾ ਘਤਣਾ ਤੁਸੀਂ ਕਿਉਂ ਤੂੰ ਮੇਰੀ ਕੀ ਲੱਗਣੀ ਇਸ ਘਰ ਜਾ ਕੇ ਬਸ ਇੱਥੇ ਇਹ ਤਾਂ ਮੈਂ ਬਹੁ ਔਖਾ ਘਰ ਬਣਾਇਆ ਮੈਂ ਤੱਲੂ ਨਾਲ ਸ਼ਾਦੀ ਕੀਤੀ ਨਿਕਾਹ ਕੀਤਾ ਮੈਂ ਕੋ ਉਦਲ ਕੇ ਨਹੀਂ ਆਈ ਉਸ ਨਾਲ ਉਦਲ ਕੇ ਨਹੀਂ ਕਿ ਮੈਂ ਤੈਨੂੰ ਤਾਂ ਦੁਲਣਾ ਪਰਨਾ ਕੇ ਆਂਦਾ ਤੂੰ ਨਹੀਂ ਪਰਨਾ ਕੇ ਲੈਂਦਾ ਤੇ ਮੈਨੂੰ ਉਸ ਪਰਨਾ ਕੇ ਲਾਇਆ ਉਸ ਪਰਨਾ ਕੇ ਤੇ ਲਾਇਆ ਆਂਦਾ ਅੱਗਾ ਵਾਂ ਚਾ ਲਗਾ ਰੰਬੀ ਜਾ ਕੇ ਤੇ ਲਾਇਆ ਚਾ ਲਗਾ ਚਾ ਕੇ ਤੇ ਲਾਇਆ ਗਾ ਚਾ ਗੋਡੀ ਕਾ ਮੂੰਹ ਬੰਦ ਰੱਖ ਮੈਂ ਤੇਰਾ चाचा आ गया मैं हूं तेरी झाड़ पटा लेनी हां मेरी हां तो झाड़ पटावणी हां अच्छा एक मिनट की गल की है हो जी मैंने प्या दिए मैं तेरी झाड़ पटाई नहीं है चाचे को चाचा मैंने मरेंदी खलोती है ए हां तन मरेंदी खलोती है अगेरड़े हो अच्छा हुन नाल तैन त मैं फोड़न दी गल्ला करन लाग गई अच्छा 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 ओदी जुरत किने होई है तैनू मारे ए तल्लू निकाह करके आया ते ए बाहर तू की पहलिए फिरण गई हुई हां चाचा तो साढ़े सौ रहे हो तारे तो हक बनते नौवा की कदर करना मेरी बात सुन अगेरे डे हो होने मैंने मरा हुआ है मैंने मरा हुआ है घर वाले को तो ना सार फोड़न आई है इत्थे जेड़ी सांदरे गो नाल कीती आई अच्छा चाह के बला तेनु ठोक जा ठहर एक खबरदार तू साडे घर च एक मिनट नहीं रह सकदी मैं बिरावा सदे नहीं इन मैं पहले ठहर जा ठहर जा एक मिनट एक मिनट अगर तल्लू नू पता लगा मैं तल्लू नू फेर मरा छोड़ना ते नाल तैनू ही फेर मरा चाचू चाचे तल्लू नू कुछ ना क्या है तुहाडी मेहरबानी चुप करके इस करू निकल जा चुप करके नहीं चाचा तल्लू नू मैं नाल लै के वैसा हां नाल लै के वैसा हां तल्लू नू किधर लै वणे तल्लू नाल लै के वैंदी वाह वाह शहजादी वाह 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 अच्छा दूसरा काम कर अब्बा मेरा पोत्रो मैं तो दुबारू पता किता मैं क्या पास इधर मेरा बहुत काम कर इधर बाय के अच्छा अनु भी आ क्या गोडी जरी कर छो मेरा बहुत गोडी मैं वाल नहीं कोनी अमदा नहीं सोनी तू नु गोडी कर सकदी हला मैं करें नहीं है तू नु कर सकदी हला मैं करें दी ना पाएगी खबरदार जे इस नु खेल गोडी कर हला ठीक है नहीं मैं करें ठीक है मेरा पास तो ए गोडी वास्ते रांदी है ए तो साडी होई नो परसों मैं कीती आई गोडी ते हुन को ठीक अगे नाल मेरा सोनी खबरदार जे तो कोई इस चेयर नु काम करण दिता हां ठीक है अब्बा ठीक है तू भी छोरे हैं तुसी अम्मी ने लेके घर चलो मेरा पोत्रो तू इनकार बर्फ लिया दुकान तू आ तेरी मां नहीं मैं क्या करना मैं अम्मी पे सब्जियां वेख तू लावन सवाणी नु ते बन्नो हां जाओ जाओ अच्छा असि रल के अम्मी पाया जाओ हला गल सुन जा मेरा पोत्र जा तैन आख्या ना तो मेरा माँ पे एडा भी बैठा नहीं तेन कितना प्यार करते पे बहु प्यार करें दे हैं आ अगेरड़े हुन देख हुने ना तैन तो मैंने फोड़ू आईया ये तो काई फसादा दी जाड़ आंदी सुपरनाक तू चुप कर जे दो दीवारा है मैं रण देता तजीवन खान मैंने मैं तो रात रती टुका सटनी नहीं नहीं टुका कोई ना मैं ना तेरे पोतर नु इस तू को जने आदी पई खांदी पई बिरावा कोने ते मैं तेरा बिरा पोतर भी कुंजा सटना आई नहीं मेरी गल सुन पहले मेरी गल सुन इस नु आखना तल्लू दे ज़हन च नफरत खुद गत खुद दे नु तल्लू कटे चुप कर ए जिसले साडी मारा कोल तंग हो जावना इस चुप करके तल्लू वाकई इस नफरत एनु मारी मैं इंदी देसा बे आपे तल्लू इस तू नफरत कर वैसे बस आए गल मैं ना जे खुद दो ए दी कोल ऐसी गल कटवाइए ब तल्लू इस तू नफरत करके तल्लू नु काट छोड़े हां ठीक नहीं मैं कर ले ना साडा ओ तो परेशान ना लाणे ने देवण हां चल लगदा हेलो हेलो अस्सलाम वालेकुम सलमा वालेकुम अस्सलाम मम्मी क्या हाल है ठीक है तू सुना सलमा ठीक है हां मम्मी मैं ठीक वदिया ते रोंदी क्यों है परेशान क्यों है सलमा मम्मी मैं तेरी याद आंदी है निरी ओदी वदिया कदा आवणे अच्छा मैं दी मैं आ भाई सापनी दी को लूं कदा आवणा चम्मी तू खुश तो है ना हां मैं खुश हां मम्मी परेशान क्यों है हुन मेरी दी मैं तेनु की दसा क्यों अम्मी क्या होया ओ तो इत्थे मैं आई हां तो मैनु पता लगा कि इत्थों दा माहौल किवें है पिया मेरा सास सौरा इतना सख्त है इतना मैं तल्लू नहीं दसंदी उन्ना मैं जदन दी आई हां मैनु दो त्रै दफा उन्ना मार लिया ए पहले चाचू तल्लू तां दे रोंदा मां पे बहुत चंगा
जेड़ी मेरी सास है वो इतनी गुस्से वाली है, डेली मैनू मारी कुटी रखती, सारा घर का काम कराई रखती है। तो मैं तल्लू नू कोई नहीं दसें पी डर मारी हुई, क्योंकि उन्हें मैं धमकी दी असा तल्लू नू मार छुड़े सा है, कतल कर छुड़े सा, तेन भी कतल करा छुड़े। अच्छा अम्मी तू गुना नू कोई गल ना करो, तेन मारना चाहे ठीक है ना? ठीक है ठीक है, मैं कोई गल ही नहीं करूंगी। तो मैं ही दबार आई हां, लोक के आई हां दादी दादे तू गल करन वास्ते। ठीक है, अपना ख्याल रखी, मेरा इंतजार रखी, मैं आसा जरूर अपनी दी को। अम्मी तू जरूर आवे। ठीक है सलमा, तू मेरा इंतजार रखी। ठीक है, मना थी चोरी चोरी फोन करेंदी पई हां। हां ते अम्मी उना नु कोई गल ना करी, तेनु मार छड़ से। ठीक है, मैं उन्होंने कोई गल ही नहीं करेंदी। ठीक है, मैं बंद करेंदी पई हां कि तू वेख ना लवे, मेरी सास वेख लिए ना। ठीक है ठीक है, हां ठीक है, ओके ओके, लाफिस। मैं की दीन दसा किथे मेरे नाल की गुजरदी पई है, ते मैं किवें गुजारा करेंदी पई हां। मेरी तो मशहूम दी है, उन तो मैं कदी इत्थे नहीं लै के आवना, ये तो मार छुड़े सर मेरी दीन हुई। उम्मीद तो है उन्हें निकल जासी। आवे जीवने आ के करेंदा बैठ के सुचेंदा पिया। ये सुचेंदा बैठा बे मेरे ख्याल समान समान बंदी बदी उसे और की है बंदी पई उसी, ओ नौ वैंदी ये तो बहु का ढीठ समाणी। ये अजनी नहीं वैंदी, मैं तो साए उहदे नाल जुलम कीती खलियां, ओ नौ निकलदी। हुण दस बई हुण करिए के इहदे वास्ते नहीं निकलदी ना, ए नौ निकलदी है ना, ए नहीं निकलदी कि दाएं भी तो पता नहीं क्या यो लेस लसूड़ दी चमड़ी है। सुनिए मैं तने होर दसा। हां एक मुड़ आखरी हर भाई ए भी मैंने इस्तेमाल किया। मैं तने एक गल दसा, मैं अगर मेरी सलाह तो हां मैं ता नहीं है भाई, पोतर तो पूछो ए किथों दी आए। ए भी सही गल है, ए दे पिछली जात औलाद भी चा के लाया तू चुप, इनू आपे शर्म औसी ते उनू आपे औलाद पट के लाए जास। तू चुप कर, जेड़ी मेरे जहन च आई है ना बड़ी मेरे गल तो जहन च पाई है, जेड़ी मेरे जहन च आई है ना तू आखना वाह जीवने वाह तू इंज किया है, बे खुद ब खुद ए तल्लू नु आखसी तू है कौन जरा मैं लैके आया। अब्बा अब्बा ओ पुत्रो रामी ओ अगे पुत्र सेन याद करें दे पैसे इथे आ बाबू, आ जा भाई इथे बाओ, आ जा मेरा कर्मा वाला वेख तो सही धुप्पा दा सड़ गया। अब्बा ए दसो भी रुख सारे दे छड़े ने पटेंदे वदे। हां ओ मेरे पुत्र दे छोड़े, पुत्र तेरे नाल मैं एक निक्की जी गल करनी आई। अब्बा करो, मैं तो थोड़े नाल कदी भी नहीं उच्ची जबान नाल बोलया भी कदे नहीं, मामा तै तो माफी मंगदा पै जेड़ा मैं तेरे नाल उच्चा बोलया। मेरा पुत्र है तू अल्लाह माफी देवे, साडा तू पुत्र है, साडा तो वेखण जोगा होयो होर ते दस मेरे पुत्र साडे घर दा चान होने तू ते ए जेड़ी चीर तू पर ना लैंदी है भाई ए ए है कि तू दी साडी जो बिलादरी बन गई, बिलादरी बन गई ते मोण हुण तैन पता है भाई। अम्मा सच्ची गल तैन दसा, मैं दो त्रै वारी सोचया भी मैं ना अम्मा ते अब्बे दसे ना भी चलो हुण साडा जो रिश्ता बन गया नहीं दस मेरा पुत्र चक्कण दी काल नहीं ते उना नु सदीए इत्थे या उना दे कोले सी जावीए। हां 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 आ जावणा पौंदा अफसा जो साए पर मैं पता लगे ना कोई किथों दी है, इत्थों बंदा जावे ना चिनोट। अच्छा ते चिनोटू जेड़े रक्षे जांदे ना सियाल मोड़ ते। अच्छा ओ दे नाल पिंड। अच्छा अच्छा सियाल मोड़ दे नाल पिंड है। हां अच्छा उस पिंड दे विच मेठरा जियां दा सुणे होया ने? सुणे होया मेरा पुत्र। हां उत्थे। अच्छा ओ तेरे केड़ी जा नहीं वेखी होई हां। अच्छा जे उत्थों दे। हां ठीक ठीक, ए दा काम ही यो आई बमदा हाल सारे शहर। अम्मा रोटी तो पका दे, भूख बड़ी लगी। मैं पका देनी है, मैं अपने पुत्र नु पका के देवणी रोटी, तू टाइम ना ला जावे आ मेरा पुत्र। अच्छा मेरे पुत्र रोटी खा के ना तो जावणा शहर। अम्मा जा रोटी पका, मोड़ किदा गल लूं दो दीवारा हुन लग जावणी है इन रोटी पका के दे चा। अब्बा दो दे मैं उत्थे की करना, मां नूर नहीं रहना है की बन सी। नहीं नहीं रह जा, बोले उन प्यार ही सी जरा देंदे मैं दसी सोनिया भाई। नहीं उसको इन दसा बे, मैं बहुत खुश हां। हां मैं ना दे मैं बहुत खुश हां, उदा मोड़ भी अम्मा ध्यान रखी। हुन अम्मा नाल मेरा पुत्र तू पर नाल है सा ना दसे बे, उस टाइम तो मैं खपणा ही आ मैं जो तेरी मां इतना ध्यान रखदी है ना हुन बिल्कुल हुन थी समझ। तू परेशान ना हो मेरा पुत्र, ओ तू टेंशन ना लाओ, खुश रह। तू ना मेरा पुत्र पैसे चाल। अब्बा एक गल पूछा। हां इक्की की ते अम्मा यकदम चेंज हो गई, हालांकि मैंने इतना उम्मीद ही कोई ना। बड़ा तू प्यो दिया करमाता वेख, हुण तू मैं कल्ला कल्ला ही कोई कोयो ते जे तेरा मुंह में भेड़ा वेख सकना। मोड़ मैं उस नु आख्या गल सुन, जे सुनियो तू इस घर च रहना ते इस छोर नु बर्दाश्त करने ते मेरे पुत्र तल्लू जी में आके उन्ने करने ते जे नू रहना। नहीं अब्बा अम्मा नाल और गल काई भी ना कर। सुन तो सही, मैं आख्या जे नू रहना जाओ मेरे मगरू तीजा अपने घर। उस आख्या नहीं मैंने घर ना गल, मैं औखा बड़ा गत्या
ਜਿਵੇਂ ਤੂੰ ਆਣਾ ਹੈ ਨਾ ਮੈਂ ਉਹੀ ਕਰੇ ਸਾਂ ਆ ਹੁਣ ਵੇਖ ਲੈ ਤੇਰੇ ਨਾਲ ਕਿਵੇਂ ਉਹ ਚਲੋ ਬਾ ਮੈਨੂੰ ਭੁੱਖ ਲੱਗੀ ਹੋਈ ਮੈਂ ਰੋਟੀ ਜਾ ਕੇ ਰੋਟੀ ਖਾ ਕੇ ਨਾ ਦੋ ਦੀਵਾਰਾਂ ਪੁੱਤਰ ਤੈਨੂੰ ਲੱਗਣੀਆਂ ਸ਼ਹਿਰ 'ਚ ਅਤੇ ਉਹ ਦੋ ਦੀਵਾਰਾਂ ਲਾ ਕੇ ਨਾ ਜਾਵਣੇ ਗਾਮੇ ਕੋਲ ਜੋ ਕੰਮ ਮੈਂ ਉਹਨੂੰ ਆਖਿਆ ਹੋਇਆ ਉਹਨੂੰ ਆਖ ਮੈਂ ਪਿਓ ਦਾ ਕੰਮ ਕਰਕੇ ਜਾਵਾਂ मां कर पोत्र तेरा प्यादा है भाई मैं गल छंडिया रात नु लो ठीक है गा मेरे मगरू लवे पर त्रै दे रह गए त्रै दे आख्या तू जी मैं कन्ना च गल्ला करेंदा आई ना अबू खैर की होया क्यों बैठे हो अबू परेशान दसो तो सही केड़ी गल हुई है मेरा पुत्र परेशान नो मैं तोर की कर रहा जेड़े तेरे पितरेर चन चाड़िया हैं तेन मैं दसा तो तू तो जिंदगी मर जामना उस सवाणी नाल निकाह कर लिया एक ना तल्लू मेरी रही जिंदगी तो मैं उहदे नाल हुण निबड़दा उसां कोई नहीं कर ले इसू तो कोई नहीं हुंदा मैं इन समझ ही सां मैं तेरा चाचा आमू तुसां मैं घर आके लुत्तर मारिया जिमणे नाल ही मैं गल करे सां अबू मेरी गल सुनो मेरा होना होया ना ते हो जासी ए मुकद्दरां दी गल है अल्लाह पाक जोड़ियां बनांदा है आपा नहीं जोड़ियां बनांदे मेरी किस्मत विच है रोना मैं रोंदी पई हां मेनू नहीं पता ना परेशान होया करो अबू मेरा पुत्र तेरे चाचे दी दीवार रह गई है हिक जेड़ा उस मेरे नाल वादा कीता है उस तो बाद मुड़ मैं उहदे नाल गल करे सबे मेरे नाल वादा है तो कीता है नहीं तो जिमें मैं उत्थे वेख्या आई ना उतना ही मैं भी चन चाड़ छोड़ना आई समझ आई मेरे सबारे जो त्रै दीवार मैं गुजार रहा दी तो हूँ अल्लाह रखे खैर दीवार तो कल दी हूँ जेड़ा होना आबू हो गया तुसी ना परेशान होवो मेरा पुत्र परेशान उस जेड़ा चन चाड़ ना उस चाड़ छोड़े है ओदा नहीं देला मेरे ना निकाह करन कान उस जेड़ा करना कर छोड़े तो जेड़ा मैं चन चाड़ना है ना या जीवन चाड़ना है वह भी जग वेंदा रासी समझ आई मैं मेरा पुत्रो मैं ढा सोना सवाज ला लैना इन्हों दो जड़ी बहरू आ के ना तो साढ़े सिरे गटा गते हुई सो ना ये बड़ी चिक जासी पता नहीं किधर जीवन आई दूई दीवार हो गई है केड़े पासे लाग किसी अभी ते ना पाए मेरी अम्मी किधर चुप हाँ टोके नहीं हूं मैं कि जीवन खां दसो जो पर ना कहते कदी मैं जमीन अल गई तेन दसा इज्जत लहानी तो साड़ी आई है चाचा के पे आंदे हो तू मेन गल सुन ला तो इतू बहना या कोई नही बहना मैं कोई नही बहना मेरा निकाह है पिया तू जो मर्जी मेरे कर लो मैं अपना घर छड़ के नहीं सुन ला
ਨਹੀਂ ਵਹਿੰਦੀ ਨਹੀਂ ਵਹਿੰਦੀ ਇਹ ਨੋ ਵਹਿੰਦੀ ਮਤਲਬ ਕਿ ਦੱਸਿਆ ਨਹੀਂ ਵਹਿੰਦੀ ਦੂਆ ਲਾਵਣ ਇਸ ਨੂੰ ਵਿਖਾ ਭਲਾ ਦੂਆ ਚੰਦ ਜਿਹੜਾ ਚਾੜ ਆਉਂਦੇ ਨਵਾਂ ਚੰਦ अगर जे तू ना गई हूं हलाल कर छोड़नी तल्लू नु मैं फेर मरा छोड़नी मेरी जीन छोड़ दियो तनु रब दा वास्ते मेरी जीन छोड़ दियो बिल्कुल छोड़ दे तू पता नहीं मैं छोड़ दे छोड़ दे फिर भी दा की कसूर है मैं छोड़ देना तेनु पर अंदर लग विराम मेरे साथ फिर 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 मैं छोड़ देना तू साडी मान ला हां तेरे जीन छोड़ दे तू सही इतने जालिम क्यों हो असि जालिम मैं गल साडे ते जुल्म करते मैं तेरे जीन वा अंदर मैं तेरे जीन वा अंदर टकेंदा पिया चुप अगू बकवासबाजी नहीं करनी कल्लू आवे तुहानू ऐसी नफरत दिवावनी के ओ तू ਸਾਡਾ ਜ਼ਿਕਰ ਨੂੰ ਕਰਨਾ ਰੱਬ ਦਾ ਵਾਸਤਾ ਤੂੰ ਹੀ ਕਰਨਾ ਹੈ ਜਾਂ ਕੋਈ ਨੂੰ ਕਰਨਾ ਤੂੰ ਹੀ ਕਰਨਾ ਜੇ ਤੂੰ ਦੀ ਵਢਾਵਣੀ ਹੈ ਆ ਚਾਹ ਦੇ ਫੋਨ ਮੈਨੂੰ ਮੈਂ ਬਿਆਨ ਸਦਾ ਦੇ ਨਹੀਂ ਨਹੀਂ ਅੱਜ ਜੱਟ ਹੈ ਮੈਂ ਦੀ ਨੂੰ ਕੁਝ ਨਾ ਕੋ ਕੋਈ ਨਹੀਂ ਸਿਆ ਦੇ ਆਪੇ ਤਰੀਕਾ ਢੂੜ ਲਾ ਇੱਥੋਂ ਵੰਨਣ ਦਾ ਨਹੀਂ ਤਾਂ ਤੇਰੀ ਦੀ ਦੇ ਟੁਕੜਾ ਟੁਕੜਾ ਮੈਂ ਹੁਣੇ ਕਰਾ ਸਕਣਾ ਸਾਡੇ ਪੁੱਤਰ ਨੂੰ ਪਤਾ ਹੀ ਨਾ ਲੱਗੇ ਭਾਈ ਇਹ ਹਾਂ ਮਤਾ ਮੇਰੇ ਪੁੱਤਰ ਨੂੰ ਪਈ ਕਿਸੇ ਗੱਲ ਤੇ ਲਾਵੇਂ ਬਸ ਠੀਕ ਹੈ ਹਾਂ ਛੋੜ ਕੇ ਚੁੱਪ ਕਰਕੇ ਵਗ ਜਾਵਣਾ ਹੀ ਉਹਨੂੰ ਆਪੇ ਨਫ਼ਰਤ ਦੀ ਬਾਜੇ ਦੀ ਦੀ ਲੋੜ ਹੈ ਹੀ ਤਾਂ ਮੇਰੀ ਦੀ ਨੂੰ ਕੁਝ ਨਾ ਕਿਹਾ ਤੇ ਸੱਜੀ ਮੈਂ ਆਖ ਸੋਮਾ ਮਲੇ ਸਾ ਮਨੂਰ ਆ ਮੇਰੇ ਪੁੱਤਰੋ ਅੱਬਾ ਕਰ ਰਿਹਾ ਆ ਉਹਦਲਾ ਕਰ ਰਿਹਾ ਹੈ ਪੁੱਤ ਹਾਂ ਕਰ ਰਿਹਾ ਸ਼ਾਬਾਸ਼ ਸ਼ਾਬਾਸ਼ ਕਰ ਰਿਹਾ ਤੇ ਕੀ ਗੱਲ ਤੂੰ ਕਿਉਂ ਪਰੇਸ਼ਾਨ ਨਹੀਂ ਮੈਨੂੰ ਕੀ ਹੋਣਾ ਪਤਾ ਨਹੀਂ ਇਹਨੂੰ ਕੀ ਪਰੇਸ਼ਾਨੀ ਕਿਵੇਂ ਬੋਲਦੀ ਪਈ ਹੈ ਮੈਂ ਮੇਰੇ ਤੋਂ ਦੂਰ ਰੱਖ ਲਓ ਕਿਉਂ ਵਜਾ ਤੂੰ ਤਾਂ ਇਤਨਾ ਘਟਿਆ ਇਨਸਾਨ ਹੈ ਕਮੀਨਾ ਇਨਸਾਨ ਹੈ ਤੇਰੇ ਨਾਲ ਪਤਾ ਨਹੀਂ ਮੈਂ ਕੀ ਸੋਚ ਕੇ ਆਈ ਆ ਹਾਂ ਨਹੀਂ ਮੇਰੇ ਪੁੱਤਰ ਨੂੰ ਪਿਆਰ ਨਹੀਂ ਹੈ ਉਹ ਲੋ ਜਾਣ ਭਾਈ ਉਹ ਜਾਣ ਹੋ ਜਾ ਤੋਬਾ ਓ ਆਪੇ ਮੁਗਾ ਲਿਸਨ ਸਵਾਣੀ ਮਰੋ ਦੋ ਬਹਿ ਜਾ ਤੇਰੇ ਨਾਲ ਤਾਂ ਮੈਨੂੰ ਨਦੀਮ ਹੀ ਜ਼ਿਆਦਾ ਪਿਆਰ ਕਰਨ ਦਾ ਆਈ ਦੁਬਾਰਾ ਜ਼ਬਾਨ ਨਾ ਕਰੀ ਸਹੀ ਮੈਨੂੰ ਮਾਂ ਪਿਓ ਆਖਿਆ ਕਿ ਤੂੰ ਇਸ ਕਾਬਿਲ ਹੀ ਨਹੀਂ ਇਸ ਮੇਰਾ ਪੁੱਤਰ ਅਗਲੀ ਦਿਵਾਰੀ ਤੇਰੇ ਪਿਓ ਨਾਲ ਉੱਠਾ ਮਾਰ ਦਿੱਤਾ ਮੈਂ ਤਾਂ ਨਹੀਂ ਦੱਸਿਆ ਮੇਰੇ ਪਿਓ ਤੇ ਤੋਂ ਹੱਥ ਆਇਆ ਅਸਾਂ ਦੇਰ ਤਾਂ ਮੇਰਾ ਇੰਜ ਜਾਂਦਾ ਮੈਂ ਤੇਰਾ ਖੂਨ ਪੀ ਜਾਵਾਂ ਛੋੜ ਦੇ ਹਾਂ ਮੈਂ ਚਾਹਿਆ ਤੇਰੇ ਪਿਓ ਤੇ ਹੱਥ ਬਸ ਵੇਖੇ ਅੱਜ ਤੋਂ ਬਾਅਦ ਤੇਰਾ ਮੇਰਾ ਰਿਸ਼ਤਾ ਖਤਮ ਨਿਕਲ ਮੇਰੇ ਘਰੋਂ ਨੇ ਚੱਲ ਮੈਨੂੰ ਤੇਰੀ ਜ਼ਰੂਰਤ ਹੀ ਕੋਈ ਚੱਲ ਆਂ ਬਸ ਸਹੀ ਨਹੀਂ ਹੋ ਗਏ ਸਹੀ ਹੋ ਗਿਆ ਆ ਤੱਲਾ ਨੂੰ ਬਾਹਰ ਕੱਢ ਕੇ ਤਾਂ ਦੇ ਦੇ ਨਾ ਰੱਲਾ ਵੀ ਤੇ ਨਿਕਲ ਗਈ ਇਹ ਨਿਕਲੇ ਹੁਣ ਕਿ ਚੰਗਾ ਹੈ ਜਾਸੀ ਤੱਲੂ ਮੇਰੀ ਗੱਲ ਸੁਣ ਲੈ ਜਿਹੜਾ ਨਾ ਹੁਣ ਪੁੱਤਰ ਨੂੰ ਨਾ ਕੰਟਰੋਲ ਇਸ ਕਰੀ ਚੁੱਪ ਤਾ ਕਰ ਚੁੱਪ ਤਾ ਕਰ ਵੇਖ ਲੈ ਮੇਰਾ ਪੁੱਤਰ ਮੈਂ ਵੇਖ ਲੈ ਮੇਰਾ ਪੁੱਤਰ ਹਾਲਾਂਕਿ ਹੁਣ ਤੁਸੀਂ ਤੂੰ ਵੇਖ ਲੈ ਪਹਿਲੇ ਸਾਡੇ ਨਾਲ ਸਾਹ ਸਗਲ ਲੈਸ ਕੀਤੀਆਂ ਮਗਰ ਅਸਾਂ ਤੇ ਨਾ ਹੀ ਨਹੀਂ ਲਿਆ ਅਸਾਂ ਕੀ ਲੈਣਾ ਮੇਰਾ ਪੁੱਤਰ ਤੇਰਾ ਪਿਆਰ ਆਈ ਅੱਬਾ ਮੈਨੂੰ ਮਾਫ ਕਰ ਛੱਡਿਆ ਮੈਂ ਬੜੀ ਵੱਡੀ ਗਲਤੀ ਕੀਤੀ ਇਹ ਕੰਮ ਕਰਕੇ ਮੇਰਾ ਪੁੱਤਰ ਜੇ ਤੇ ਪਿਓ ਨੂੰ ਵਿੱਚ ਬਹਾ ਕੇ ਨਿਕਾਹ ਕੀਤਾ ਹੁੰਦਾ ਤਾਂ ਮੇਰਾ ਪੁੱਤਰ ਕੀ ਆ ਉਹ ਸੇਂਜ ਕਰਨਾ ਹਾ ਅਸਾਂ ਤਾਂ ਕਿਦਾਂ ਸਾਹਮ ਦੇ ਵੱਤਾਂ ਜਿਹੜੀਆਂ ਕਰਿੰਦੀ ਰਹੀ ਅਸੀਂ ਚੁੱਪ ਕਰਕੇ ਬਰਦਾਸ਼ਤ ਸਾਡੇ ਪੁੱਤਰ ਦੀ ਪਸੰਦ ਹੋਈ ਤੇ ਨਾਲੇ ਜਦੋਂ ਕੋਣ ਤੂੰ ਆਇਆ ਨਾ ਪੁੱਤਰ ਚਾਚੇ ਮਲੰਗੀ ਨੂੰ ਤੂੰ ਕੋਈ ਨੂੰ ਮਿਲਿਆ ਪੁੱਤਰ ਜਾ ਮਲੰਗੀ ਕੋਲ ਮਾਫੀ ਮੰਗ ਜਾ ਮੇਰੇ ਪੁੱਤਰ ਮੇਰੇ ਲਾ ਜਾ ਕੇ ਚਾਚੇ ਨੂੰ ਤੂੰ ਹੀ ਬਾਹਰ ਮਾਫੀ ਮੰਗ ਲਵੀਂ ਪਿਓ ਚਾਚਾ ਤੇਰਾ ਜਿਹੜੀਆਂ ਬਾਹਰ ਦੀਆਂ ਲੈ ਵੀ ਮੈਨੂੰ ਨਾ ਉਹ ਇੰਨੀਆਂ ਹੁੰਦੀਆਂ ਬਿਲਕੁਲ ਇਵੇਂ ਗੱਲ ਹਾਂ ਜਾ ਮੇਰਾ ਪੁੱਤਰ ਹੁਣ ਦੱਸ ਕਿਹਸਾ ਤਰੀਕਾ ਤਾਂ ਵੀ ਚਾਚਾ ਮੇਰੀ ਧੀ ਤੇ ਮੇਰੇ ਨਾਲ ਗੱਲ ਛੋੜੋ ਬਿਲਕੁਲ ਦਿੰਨੇ ਆ ਹੁਣ ਬਿਲਕੁਲ ਦੇ ਦੀ ਧੀ ਦੇ ਨਹੀਂ ਤੂੰ ਲਾਇਆ ਸਾ ਦਾ ਚਾਰ ਗਤਨ ਆ ਸਾਦਾ ਚਾਰ ਅਸਾ ਤੇਰਾ ਚਾਰ ਕਟਣਾ ਧੀ ਧੀ ਮੇਰੀ ਲਾਇਆ ਲਾਇਆ ਤੇਰੀ ਧੀ ਮੈਂ ਲਾਇਆ ਨਹੀਂ ਆ ਐਂ ਨਿਕਲੀ ਐਂ ਐਂ ਜਾਵਣਾ ਠੀਕ ਹੈ ਚਾਚਾ ਹਾਂ ਇਹ ਆ ਤੇਰੀ ਧੀ ਆ ਨਹੀਂ ਤੇਰੀ ਧੀ ਆ ਸਾਡੀ ਵੀ ਧੀ ਸਾਡੀ ਵੀ ਧੀ ਤੂੰ ਵੀ ਸਾਡੀ ਧੀ ਜਾ ਠੀਕ ਜਾ कैसा रहा तरीका चंगा हो चंगा कीता।
बर्बाद मगरू लत्थी पर खाता लगना ए कौन है? मेरी धी। तेरी धी ते इत्थे? हाँ इत्थे। तो मेरे नाल चंगा नहीं कीता, मैंनु तेरे उत्ते बड़ा भरोसा, लेकिन तो मेरे नाल गलत कीता है, इस गल दी सजा तेनु अल्लाह पाक दे सी। मैं कुछ गलत नहीं कीता, ए सारा कुछ तेरी माँ ते प्यो करवाया है, मेरी धी नु अगवा करके तेरा प्यो लाए के आया है। मेरी माँ ते मेरा प्यो? ए सारे जितने भी लफ्ज तेरे को मैं बोलन बदतमीजी जितनी भी कीती तेरे मां ते प्यो मैनू समझाया ते ओ ते मेरे सामने तेनु बड़ा प्यार करदे आ मैनू ना मार मार के मेरा सतिया नाश कीता होया उन्ना मैनू कढ़न दी बड़ी कोशिश कीती मैं उस गारी चुने निकली एंड ते तेरे प्यो मेरी धी नु अगवा करके लाया अन्ना तां ते मैं उस डब्बे नु आंदा कि अम्मा यकदम इतनी चेंज क्यों हो गई है इस दा मतलब है भी इन्हां दोवां रल के मिशन बनाया होया जिस दिन इस घर च आई है ना एक दिन मैनू सुकून दी रोटी तेरी मां ने खावण दित्ती उस मैनू मार 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 के सुत्ती पई उस मारिया टुरी बदिया उस मारिया काम करन दी थारे उस मैनू कुटिया मारिया अच्छा मां नूर गल सुन मैं माफी मंगना तेरे को अपने मां ते प्यो वास्ते लेकिन उन्हें चंगा नहीं किया लेकिन तू हुण जाना नहीं ना तो जाना है ते ना इस मेरी धी जाना मैं उन्हें नाल आपे गल करदा चल घर नहीं तल्लू ना तैनू मार छोड़ना मैनू मार छड्डन चल असा अपना हक मंगना आज मेरा हां ठारे देख मान गया बड़ा 420 कीते क्या हाल है ए आ सोनिया दी सारी ए पट्टी पड़ी हुई आज जी मैं लैन ते लगा ओ मेरा बिरा ठीक हो ए नाल नाल मैं काट दीती जे लैन ते लाई आई मगरू लाई ये शुक्र का मेरी जान छुट्टी हो जोरो तुसा की समझया भाई वाह 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 इसका मतलब है भी तुसी सारे ये रल के प्लानिंग की आ मेरे को मां नूर नु दूर करान वास तेनु शर्म नहीं आया मेरा प्यो ओ नहीं नहीं मेरा तू सही मतरे ही निकली है ओ मेरा पो सच गल बनी हुई है भी मतरे या कदी सकियां नहीं बनिया ओ, ओ नहीं बस अब्बा बस मैं तेरिया साय मनियां ते साय सुनियां लेकिन एक गल मेरी याद रखी तुहान में होर कोई सजा नहीं देवनी एक घर जदात हर शा कोल रखो तुहाडी वास यही है सजा काफी है कि पूरी जिंदगी ਤੁਸੀਂ ਮੇਰਾ ਮੂੰਹ ਨਾ ਵੇਖੋ ਨਹੀਂ ਨਹੀਂ ਮੇਰਾ ਪੁੱਤ ਨਹੀਂ ਮੇਰਾ ਨਹੀਂ ਨਹੀਂ ਮੇਰਾ ਪੁੱਤ ਰਸਾ ਨਹੀਂ ਤਿੰਨ ਜਾਵਣ ਕੋਈ ਨਹੀਂ ਦੇਵਣਾ ਅਗਰ ਮੈਨੂੰ ਨੂੰਹ ਨਾ ਜਾਵਣ ਦੇਵਣਾ ਮੰਗ ਇਸ ਦੀ ਕੋਲੋਂ ਮਾਫੀ ਇਹਨੂੰ ਨੋ ਬਣਾ ਨਹੀਂ ਤਾਂ ਮੈਂ ਨਹੀਂ ਉਰਾਣਾ ਮੈਨੂੰ ਮਾਫੀ ਦੇ ਚਾ ਮੈਨੂੰ ਮਾਫੀ ਦੇ ਚਾ ਨਹੀਂ ਚਾਚਾ ਇੱਥੇ ਤੁਹਾਡਾ ਕਸੂਰ ਨਹੀਂ ਕਸੂਰ ਸਾਡਾ ਹੈ ਕਸੂਰ ਤੱਲੂ ਦਾ ਹੈ ਉਹਨੂੰ ਵੀ ਆਪ ਵੀ ਮਾਫੀ ਮੰਗ ਮਾਫੀ ਮੰਗ ਮੇਰਾ ਪੁੱਤ ਜਿੰਦਾ ਹੁੰਦਾ ਪਈ ਤੁਹਾਡੇ ਕੋਲ ਮਸ਼ਵਰਾ ਲਵਣਾ ਤੁਹਾਡੇ ਕੋਲ ਪੁੱਛਣਾ ਪਰ ਅਗਰ ਅਸਾਂ ਗਲਤੀ ਕਰ ਲਈ ਆਈ ਕਰਕੇ ਆ ਗਿਆ ਸੀ ਤੁਹਾਡਾ ਹੱਕ ਆਈ ਕਿ ਮੈਨੂੰ ਇਸ ਘਰ ਦੀ ਧੀ ਬਣਾ ਕੇ ਰੱਖਣਾ ਠੀਕ ਹੈ ਮੈਂ ਮਾਫੀ ਬੋਲੋ ਗੱਲ ਤੇ ਸੁਣ ਮੈਂ ਨਹੀਂ ਕਲੋ ਨਹੀਂ 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 ਤੇ ਕੀ ਗੱਲ ਮਲੰਗੀ ਹੈ ਕਿਹੜੀ ਗੱਲ ਹੈ ਨਹੀਂ ਨਹੀਂ ਤੁਸੀਂ ਸਾਡੀ ਆਪਣੀ ਧੀ ਹੈ ਉਹ ਵੀ ਸਾਡੀ ਆਪਣੀ ਧੀ ਹੈ ਮੇਰਾ ਪੁੱਤਰ ਇਹਨੂੰ ਵੀ ਰੱਖ ਤੇ ਪਿਓ ਕੋਲੋਂ ਮਾਫੀ ਮੰਗਾ ਲਈ ਹੈ ਨਾ ਤਾਂ ਮੋੜ ਤੂੰ ਵੀ ਪਿਓ ਦੀ ਲਾਜ ਰੱਖ ਚਾਚੂ ਕੋਲ ਮਾਫੀ ਮੰਗ ਉਹ ਵੀ ਰੱਖ ਤੇ ਮੋੜੇ ਇਸ ਨਾਲ ਵਿਕਾਰ ਕੇ ਤਬਾਹ ਹੋਈ ਥਾਂ ਇਸ ਦੇ ਨਾਲ ਵਿਕਾਰ ਬਸ ਚਾਚਾ ਮੈਨੂੰ ਮਾਫ ਕਰ ਛੱਡ ਅੱਗੇ ਬੰਦੇ ਦੋ ਦੋ ਸਵਾਣੀਆਂ ਲਈ ਵਦੇ ਹੁੰਦੇ ਨੇ ਮੈਨੂੰ ਇਹ ਅੱਬੇ ਦੀ ਗੱਲ ਪਰਵਾਹ ਨਹੀਂ ਮਾਨੂ ਅਸੀਂ ਅੱਬੇ ਦੀ ਅੰਮੀ ਦੀ ਖੁਸ਼ੀ ਵਾਸਤੇ ਤੂੰ ਇਹ ਕੁਰਬਾਨੀ ਦੇ ਠੀਕ ਮੋੜ ਅੱਜ ਤੋਂ ਬਾਅਦ ਅਸੀਂ ਸਾਰੇ ਇਕੱਠੇ ਰਸਾਂ ਬਸ ਇਹ ਹੈ ਇਹ ਘਰ ਤੁਹਾਡਾ ਆਪਣਾ ਮੇਰਾ ਪੁੱਤਰ ਕੋਈ ਨਹੀਂ ਕੋਈ ਨਹੀਂ ਤੂੰ ਕੋਈ ਨਿਕਲ ਸੀ ਪਿਆ ਠੀਕ ਹੋ ਗਿਆ ਮੇਰੇ ਪਾਸ ਤੁਹਾਨੂੰ ਤਾਂ ਮੈਂ ਨਹੀਂ ਨਾ ਵੇਖ ਸਕਦਾ ਤੇਰੀ ਜੁਦਾਈ ਤਾਂ ਮੈਂ ਨਹੀਂ ਨਾ ਸਹਿ ਸਕਦਾ